Subscribe now for more videos. क्या थ्रो कर और मेरे सिर से मार देती है। चलो। हर बाल यार करनी होती है। आने की पिक्चर रिपोर्ट है। चलो चलो बालिंग करो चलो यार मोटू दिलिया। अच्छा ठीक है। इब्राहिम ने पाकिस्तान की जो कौमी किट है क्रिकेट टीम की उसके कलर का यूनिफॉर्म पहना है। बॉलिंग करेगी चलो जाबर को बॉलिंग करो। ओए जाबर को बाउंसर लग गया। अच्छा किनिया बारियां लगी ने फेरे कोई किने जोश ना है बॉलिंग करने वास्ते। क्या आज किने दिनों बने मोटर चलाया चलाई भी है कि नहीं कभी। ओए व्याह किसे दा उधर वारियां मारने गल सुनो व्याह किदा उधर तंबू लग गया सामने हैं खैमा लग गया उधर ये नजदीक करने हैं जूम करने हैं नजर आ रहा है फटफटी जा रही है इतने दुध आले दी दुधी दी उधर नाल लगे खैमा नजर आ रहा है उधर उधर खड़े हो जाओ उधर क्यों उधर सही नजर आने कितना किधर तंबू उधर पर खड़े हो जाओ यार यार दा पठियां दा मंजर बड़ा प्यारा नजर आ रहा है मैं भी जरा थोड़ी बनाना अच्छा आ रहा सी। अच्छा सलमान वारियां ला रहा है वारियां ला रहा है एक बार फिर वारियां आ जाओ दौड़ के वारी मार ली अपनी आ जाओ अपनी वारी मार ली वारी मार ली वारी मार ली ਵਾਰੀ ਮਾਰ ਲਈ ਵਾਰੀ ਮਾਰ ਲਈ। ਅੱਛਾ ਜੀ ਕਿੰਨੀਆਂ ਵਾਰੀਆਂ ਲੱਗੀਆਂ ਨੇ ਫਿਰ ਇੱਕ ਵਾਰੀ ਤਿੰਨ ਵਾਰੀਆਂ ਲੱਗੀਆਂ ਨੇ ਮੇਰੇ ਸੈਂਟਰ ਨਹੀਂ ਮੇਰੀ ਆਈ ਵਾਲੀ ਚਲੋ ਚੁੱਕੋ ਚੁੱਕ ਤੇ ਬੈਠ ਪਤਾ ਲੱਗੇ ਵਾਰੀ ਕਿਹਦੀ ਨਿਸ਼ਾਨ ਦੀ ਹੈ ਮੇਰੀ ਤੀਜੀ ਦੂਜੀ ਤੀਜੀ ਪਹਿਲੀ ਪਾਪਾ ਮੇਰੀ ਫਿਰ ਪਹਿਲੀ ਵਾਰੀ ਆ ਗਈ ਮੇਰੀ ਦੂਜੀ ਨਾ ਹੋ ਤੇਰੀ। ਅੱਛਾ ਮੇਰੀ ਫਿਰ ਵਾਰੀ ਪਹਿਲੀ ਆ ਗਈ ਦੂਸਰੀ ਵਾਰ ਹੈ ਹੁਣ ਦੱਸੋ ਮੈਨੂੰ ਅੱਗੇ ਮੇਰੀ ਵਾਰੀ ਪਹਿਲੀ ਆ ਗਈ ਸੀ ਲੇਕਿਨ ਮੈਂ ਸਲਮਾਨ ਨੂੰ ਨਿਸ਼ਾਨ ਨੂੰ ਪਹਿਲਾਂ ਬੈਠਣ ਦੇ ਦਿੱਤੀ ਸੀ ਕਿਉਂਕਿ ਛੋਟਾ ਹੈ ਹੁਣ ਕੀ ਕਰਨਾ ਚਾਹੀਦਾ ਹੁਣ ਮੈਨੂੰ ਪਹਿਲਾਂ ਦੋ ਨਿਸ਼ਾਨ ਛੋਟਾ ਨਿਸ਼ਾਨ ਫਿਰ ਪਹਿਲਾਂ ਵਾਰੀ। ਅੱਛਾ ਕੰਮ ਕਰ ਰਹੇ ਮੇਰੀ ਗੱਲ ਸੁਣੋ ਅਸੀਂ ਮੈਚ ਨਹੀਂ ਖੇਡਣਾ ਦੋ ਦੋ ਓਵਰ ਖੇਡਣੇ ਠੀਕ ਹੈ ਠੀਕ ਹੈ ਦੋ ਦੋ ਓਵਰ ਠੀਕ ਹੈ ਪਹਿਲੀ ਵਾਰੀ ਪਹਿਲਾਂ ਬੈਟਿੰਗ ਕਰੇਗਾ ਨਿਸ਼ਾਨ ਫਿਰ ਸਲਮਾਨ ਪਹਿਲਾਂ ਮਾਂ ਪਾਪਾ ਅੱਗੇ ਵੀ ਇਹਨੇ ਪਹਿਲਾਂ ਕੀਤੀ ਹੈ ਯਾਰ ਦੋ ਦੋ ਓਵਰ ਖੇਡਣਾ ਸਿਰਫ ਠੀਕ ਹੈ ਐ ਵਿਕਟ ਵਿਕਟ ਵਾਹ ਦੀ ਇੱਕ ਵਿਕਟ ਵਾਹ ਦੀ ਹਾਂਜੀ ਪਿਚ ਰਿਪੋਰਟ ਸਲਮਾਨ ਗੱਲ ਸੁਣ। ਅੱਛਾ ਜੀ ਵਾਰੀਆਂ ਲੱਗ ਗਈਆਂ ਨੇ ਹਾਂਜੀ ਠੀਕ ਹੈ ਹੁਣ ਮੈਚ ਤੋਂ ਪਹਿਲਾਂ ਇਸ ਤਰ੍ਹਾਂ ਕਰੋ ਕਿ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਨਾ ਪਿਚ ਰਿਪੋਰਟ ਦੇ ਦਿਓ ਇਹ ਪਿਚ ਨਾ ਵਾਲੀ ਪਿਚ ਰਿਪੋਰਟ ਦੇ ਦਿਓ ਹਾਂਜੀ ਪਿਚ ਦੇ ਬਾਰੇ ਕੀ ਰਿਪੋਰਟ ਹੈ ਤੁਹਾਡੀ ਨਹੀਂ ਨਹੀਂ ਓਏ ਇੱਥੋਂ ਵਿਗੜਾ ਇੱਥੇ ਮੋਸਟਰ ਚੈੱਕ ਮੋਸਟਰ ਇੱਥੇ ਚੈੱਕ ਕਰਨਾ ਹੈ ਬਾਲ ਇੱਥੇ ਡਿੱਗੇ ਨਾ ਉੱਥੇ ਬਾਲ ਹੀ ਡਿੱਗਣੀ ਹਰ ਬਾਲ ਯਾਰ ਕਰਨੀ ਹੁੰਦੀ ਹਾਂਜੀ ਕੀ ਪਿਚ ਰਿਪੋਰਟ ਹੈ ਇੱਥੇ ਮੋਇਸਚਰ ਤਾਂ ਜੇ ਅੱਜ ਗੇਂਦ ਪਾਣੀ ਉਹ ਇੱਟਾਂ ਹੀ ਉਹ ਵਿੱਟਾਂ ਹੀ ਸਾਲ ਨੇ ਕੀ ਹੋਇਆ ਦੇ। ਅੱਛਾ ਜੀ ਹਾਂ ਮਿਸਟਰ ਸਲਮਾਨ ਮੀਆਂ ਕੀ ਹੈ ਨਹੀਂ ਨਹੀਂ ਇੱਕ ਮਿੰਟ ਠਹਿਰ ਜਾ ਹਾਂ ਜੀ ਸੱਲੂ ਮੀਆਂ ਕੀ ਹਤਮੀ ਪਿਚ ਰਿਪੋਰਟ ਕੀ ਹੈ ਫਿਰ ਤੁਹਾਡੀ ਪਿਚ ਕੀ ਅੱਜ ਦੇ ਮੈਚ ਪਿਚ ਚਿੜੀ ਕਿਸ ਤਰ੍ਹਾਂ ਦੀ ਬਣਾਈ ਹੈ ਕਿਊਰੇਟਰ ਨੇ ਚੱਲ ਕੋਈ ਗੱਲ ਨਹੀਂ ਦੁਬਾਰਾ ਸ਼ੁਰੂ ਕਰ ਲੈ ਦੁਬਾਰਾ ਸ਼ੁਰੂ ਕਰ ਲੈ। ਅੱਛਾ ਜੀ ਕੀ ਪਿਚ ਰਿਪੋਰਟ ਆਈ ਦੀ ਸ਼ਰੀਫ ਆਦਮੀ ਤੂੰ ਕੀ ਕਰਨਾ ਪਿਆ ਵਿਕਟਾਂ ਭੁੱਕ ਫੁੱਟੀ ਜਾਂਦਾ ਪਿਆ ਭਾਈ ਇਹ ਕਹਿਣਾ ਕਿ ਪਿਚ ਦੇ ਵਿੱਚ ਮੋਇਸਚਰ ਹੈ ਵਿਕਟ ਵਿੱਚ ਮੋਇਸਚਰ ਯਾਨੀ ਗਿੱਲੀ ਹੈ ਠੀਕ ਹੈ ਪਿਚ ਇਹ ਕਹਿਣਾ ਪਿਚ ਦੇ ਵਿੱਚ ਮੋਇਸਚਰ ਹੈ ਲਿਹਾਜ਼ਾ ਇਹ ਬੋਲਿੰਗ ਵਾਸਤੇ ਜ਼ਿਆਦਾ ਸਾਜ਼ਗਾਰ ਹੈ ਦੁਬਾਰਾ ਬੋਲ। ਅੱਛਾ ਹਾਂ ਸੱਲੂ ਮੀਆਂ ਕੀ ਪਿਚ ਰਿਪੋਰਟ ਹੈ ਮੈਂ ਫਾਈਵ ਵਾਸਤੇ ਕਿਹਾ ਚਪੇੜਾ ਮਾਰਨ ਵਾਸਤੇ ਨਹੀਂ ਗਿਆ ਮੋਟੂ ਥੱਲਿਆ। ਅੱਛਾ ਠੀਕ ਹੈ ਪਿਚ ਦੇ ਵਿੱਚ ਮੋਇਸਚਰ ਤੇ ਬਾਲਿੰਗ ਵਾਸਤੇ ਜ਼ਿਆਦਾ ਸਾਜ਼ਗਾਰ ਹੈ ਠੀਕ ਹੈ ਪਿਚ ਰਿਪੋਰਟ ਹੋ ਗਈ ਚਲੋ ਠੀਕ ਹੈ ਮੈਚ ਸ਼ੁਰੂ ਕਰੀਏ ਫਿਰ ਆਜਾ ਯਾਰ ਵਾਰੀ ਨੂੰ ਇੱਕ ਤਾਂ ਹਰ ਟਾਈਮ ਤੋਂ ਜਿਹੜਾ ਨਾ। ਅੱਛਾ ਗੱਲ ਸੁਣੋ ਕਿ ਪਹਿਲੀ ਵਾਰੀ ਆਈ ਸੀ ਮੇਰੀ ਅਤੇ ਮੈਂ ਚਾਹੁੰਦਾ ਕਿ ਪਹਿਲੀ ਵਾਰੀ ਜਿਹੜੀ ਨਾ ਦਿਸ਼ਾਨ ਲਵੇ ਕਿ ਸਭ ਤੋਂ ਛੋਟਾ ਵੇ ਅਤੇ ਦਿਸ਼ਾਨ ਬੈਟਿੰਗ ਕਰੇਗਾ ਪਹਿਲਾਂ ਤੂੰ ਬਾਲਿੰਗ ਕਰੇਗਾ ਅਤੇ ਮੈਂ ਫੀਲਡਿੰਗ ਕਰਾਂਗਾ ਠੀਕ ਹੈ ਤੇਰੀ ਵਾਰੀ ਬਾਅਦ 'ਚ ਉਹ ਭਾਈ ਇੱਧਰ ਆ ਤੂੰ ਵਾਰੀ ਲੈ ਇੱਧਰ ਆ ਬੈਟਿੰਗ ਇੱਧਰ ਆਜਾ ਆਜਾ ਤੂੰ ਤੇਰੀ ਰੁੱਸਾਂ ਦੀ ਯਾਦ ਤੇਰੀ ਨਹੀਂ ਗਈ ਸੱਲੂ ਮੀਆਂ ਐਂ ਤਾਂ ਨਹੀਂ ਕਰੀਦਾ ਨਾ ਰੋਂਦੂ ਸੱਲੂ ਮੀਆਂ ਰੋਂਦੂ ਚੱਲ ਠੁਲਿਆ ਬੋਲਿੰਗ ਕਰ ਤੂੰ ਮੈਂ ਵਿਕਟ ਕੀਪਿੰਗ ਕਰਨਾ ਠੀਕ ਹੈ ਕੀ ਕਿਹਾ ਸੀ ਮੈਂ ਕੋਈ ਨਹੀਂ ਮੈਂ ਕੋਈ ਨਹੀਂ
ਮੈਂ ਕੋਈ ਨਹੀਂ ਅਸੀਂ ਤੇ ਆਵਾਂ ਠੀਕ ਹੈ ਜੀ ਇੱਕ ਮਿੰਟ ਉਹ ਪਾ ਠੀਕ ਨੇ ਵਿਕਟਾਂ ਯਾਰ ਠੀਕ ਨੇ ਉਹ ਬੰਦਾ ਜ਼ਖਮੀ ਨਹੀਂ ਕਰਨਾ ਅੱਛਾ ਮੇਰੀ ਗੱਲ ਸੁਣ ਸਲਮਾਨ ਤੈਨੂੰ ਮੈਂ ਕੀ ਕਿਹਾ ਸੀ ਤੈਨੂੰ ਮੈਂ ਕਿਹਾ ਸੀ ਕਿ ਸਟਾਪ ਕਰਨਾ ਹੈ ਪਹਿਲਾਂ ਸਟਾਪ ਕਰਨਾ ਸਿੱਖ ਚੰਗਾ ਸਟਾਪ ਕੀਤਾ ਤੂੰ ਤੇਰੀ ਹਰ ਸਟਾਪ ਉੱਡਦੀ ਜਾਂਦੀ ਬਾਅਦ ਵਿੱਚ ਖਲੋ ਜਾ ਚੱਲ ਹੁਣ ਪਾ ਲਗਾ ਤੂੰ ਸੌ ਲਗਾ ਚੱਲ ਸੈਟਿੰਗਾਂ ਬੜੀਆਂ ਹੋ ਗਈਆਂ ਚੱਲ ਤੁਹਾਡੀਆਂ ਰਸਮਾਂ ਨਹੀਂ ਪੂਰੀਆਂ ਹੁੰਦੀਆਂ ਪਈਆਂ ਉਹ ਭਾਈ ਸਟਾਪ ਕਰਨਾ ਹੈ ਮੇਰੀ ਗੱਲ ਸੁਣ ਜੇ ਬੈਟਿੰਗ ਸਿੱਖਣੀ ਹੈ ਪਹਿਲਾਂ ਸਟਾਪ ਕਰਨਾ ਸਿੱਖ ਜਿਹਨੂੰ ਸਟਾਪ ਕਰਨਾ ਆ ਜਾਏ ਨਾ ਉਹ ਸ਼ਾਟਾਂ ਆਪ ਹੀ ਮਾਰ ਲੈਂਦਾ ਅਤੇ ਨਿਰੀਆਂ ਸ਼ਾਟਾਂ ਮਾਰਦਾ ਰਹੇਗਾ ਫਿਰ ਅੱਗੇ ਬੈਟਿੰਗ ਨਹੀਂ ਆਏਗੀ ਫਿਰ ਇਹ ਹਾਂਜੀ ਕਰਦਾ ਤੇਰਾ ਸਟਾਫ ਵੀ ਵਸ ਜਾਂਦਾ ਸਟਾਫ ਐਂ ਥੱਲੇ ਸਟਾਫ ਕਰੀਦਾ ਸਮਾਂ ਤੈਨੂੰ ਦੱਸੀ ਸੀ ਮੈਂ ਬੈਟ ਫੜ ਕੇ ਜੇ ਮੈਂ ਕਿਹਾ ਸੀ ਸਟਾਫ ਕਰਨ ਦਾ ਦੱਸਾਂ ਕਿਸ ਤਰ੍ਹਾਂ ਦੱਸਿਆ ਸਮਝਾਇਆ ਤੈਨੂੰ ਮੈਂ ਉਹ ਨਹੀਂ ਕਰਾਂ ਦਾ ਪੈਰ ਕੱਢ ਕੇ ਮੇਰੀ ਗੱਲ ਸੁਣ ਇੱਕ ਮਿੰਟ ਰਹਿ ਜਾ ਜੇ ਸਾਨੂੰ ਲੰਮੇ ਕੱਦ ਦਾ ਬੰਦਾ ਛੋਟੇ ਕੱਦ ਦੇ ਬੰਦੇ ਮਿਲਦਾ ਇਹਨੇ ਪੈਰਾਂ ਕੱਢ ਕੇ ਇੰਜ ਕਰਕੇ ਇੰਜ ਉਸ ਹਾਂਜੀ ਦੋ ਹੋ ਗਈਆਂ ਨੇ ਚਲੋ ਇਹ ਵਾਈਟ ਬਾਲ ਸੀ ਚਿੱਟੀ ਬਾਲ ਸੀ ਹੈ ਬਾਲ ਗੁੰਮ ਹੋ ਗਈ ਬਾਲ ਮਿਲੀ ਹੈ ਨਹੀਂ ਬਾਲ ਮਿਲੀ ਇੱਕ ਮਿੰਟ ਤਲਾਸ਼ ਕਰੋ ਬਾਲ ਦੇਖੋ ਕਹਾਂ ਪੜੀ ਹੈ ਬਾਲ ਕਹਾਂ ਪੜੀ ਹੈ ਇਹ ਪੜੀ ਹੈ ਇਬਰਾਹਿਮ ਉਠਾ ਲਓ ਚਲੋ ਉਹਨੇ ਅੱਛਾ ਉਹਨੂੰ ਕਿਹਾ ਥਰੋ ਕਰਨ ਮੇਰੇ ਸਿਰ 'ਚ ਮਾਰ ਦਿੱਤੀ ਹੈ ਚਲੋ ਚਲੋ ਅੱਛਾ ਸਲਮਾਨ ਗੱਲ ਸੁਣੋ ਸਲਮਾਨ ਤੁਸੀਂ ਵਾਰੀ ਲੈ ਲਈਆਂ ਨੇ ਓਏ ਮੇਰੀ ਗੱਲ ਸੁਣ ਤੁਸੀਂ ਵਾਰੀ ਲੈ ਲਈਆਂ ਨੇ ਹੁਣ ਇਬਰਾਹਿਮ ਤੈਨੂੰ ਜਬਰਨ ਵਾਰੀ ਦਿਓ ਜ਼ਰਾ ਚਲੋ ਬਾਲਿੰਗ ਕਰੋ ਸ਼ਾਬਾਸ਼ ਇਬਰਾਹਿਮ ਨੇ ਪਾਕਿਸਤਾਨ ਕੀ ਜੋ ਕੌਮੀ ਕਿੱਟ ਹੈ ਕ੍ਰਿਕਟ ਟੀਮ ਕੀ ਉਸਕੇ ਕਲਰ ਕਾ ਯੂਨੀਫਾਰਮ ਪਹਿਨਾ ਹੋਇਆ ਦੇਖੇ ਬਹੁਤ ਪਿਆਰਾ ਯੂਨੀਫਾਰਮ ਪਹਿਨਾ ਹੋਇਆ ਬਿਲਕੁਲ ਸਹੀ ਹੈ ਚਲੇ ਬਾਲਿੰਗ ਕਰੇ ਵੀ ਚਲੇ ਜਾਬਰ ਕੋ ਬਾਲਿੰਗ ਕਰੋ ਓਏ ਜਾਬਰ ਨੂੰ ਬਾਊਂਸਰ ਲੱਗ ਗਿਆ ਨਹੀਂ ਵਾਕਈ ਦਿਖਾਈ ਨਹੀਂ ਦੀ ਉਹਦੀ ਕੈਪ ਉੱਤੇ ਕਰ ਯਾਰ ਨਜ਼ਰ ਨਹੀਂ ਆ ਰਿਹਾ ਉਹਨੂੰ ਯਾਰ ਇਬਰਾਹਿਮ ਕੋ ਵੀ ਬਾਰੀ ਦੋ ਨਾ ਆਪ ਲੋਕ ਰੋਂਦ ਮਾਰਤੇ ਉਹ ਵਿਕਟਾਂ ਚੁੱਕ ਕੇ ਲੈ ਗਈ ਘਰ ਵਿਕਟਾਂ ਘਰ ਕਰ ਅਬੇ ਸੱਲੂ ਮੀਆਂ ਮੋਟੇ ਨੂੰ ਕੀ ਹੋ ਗਿਆ ਇੱਧਰ ਤੈਨੂੰ ਕਿਹਾ ਸੀ ਕਿ ਖੁਰਲੀ ਚਨਾਬ ਹੈ ਉਹ ਵੇ ਗੱਲ ਸੁਣ ਇੱਕ ਮਿੰਟ ਕਿੰਨੇ ਜੋਸ਼ ਨਾਲ ਆਇਆ ਬਾਲਿੰਗ ਕਰਨ ਵਾਸਤੇ ਕਿਆ ਅੱਛਾ ਪਾਕਿਸਤਾਨ ਦੀ ਜੂਨੀਅਰ ਟੀਮ ਆ ਗਈ ਅੰਡਰ 19 ਟੀਮ
सही भेज, अब सही भेजो, अब सही भेजो, बाउंसर मारो सर में। नहीं असल में नहीं, पता के बाद है मैं बताता हूँ। दरअसल दे विच करके बैट वड्डा है, बैट्समैन बेचारा छोटा है तो बैट वड्डा है उधर। नहीं बैट्समैन छोटा है बैट वड्डा है। हाँ दिशान तू फील्डिंग करना पिया भाई जी, खुली जगह के फील्डिंग कैडी होती है भाजी। मैं अंदर मेरी गल सुनो, मैं अंदर किसी काम गया सा, तुम ये काम करो खुली जो तशरीफ बाहर लाओ, खुली बह के फील्डिंग नहीं होती फील्डर। चलो मैं टुर गया अंदर, मैं वापस आ गया ना। मैं भाजी खुली जो बहर आ जाओ, खुली जो बहर आओ, इंज नहीं हों, अपनी फील्डिंग पोजिशन आवो, खुली बह के फील्डिंग नहीं करी दी, ठीक है। मान तू तू गेंद लैन क्यों गया, तू तो बॉलर है, फील्डिंग निशान करता पाया, निशान फील्डर है, तू क्यों गया, तेरा काम बॉलिंग करना, मेरा बैटिंग करना, उन्हें अपनी वारी लई, उन्हें बैटिंग की, लादा वो फील्डिंग करे, फील्डिंग खुली है, फील्डर कमीने आ जा, ग्राउंड कैडी खुली होंगी, खुलो जा इतने, फील्डर वड्डिया खुलियां बह के फील्डिंग करता फिर इधर आने नेड़े आदर मेरे नेड़े आदर तेरी ऐसी पैसी नेड़े आमरे मोटे मोटा नेड़े आमरे। हूँ फील्डिंग ठीक ना की दोबारा वारी नहीं लभनी। क्या बॉल किधर की पे बाजरा, बाजरे की राखी ऐसा नहीं बहना भाई। चलो नहीं थ्रोड़ी मारनी, थ्रोड़ी मारनी, थ्रोड़ी मारनी, बॉल की थ्रोड़ गई है मेरी चार ले गया, ले गया मेरा फोर हो गया। अच्छा ठीक है, यार ये पिंड का माहौल, कोई आ रहा है कोई जा रहा है, चिंगची आ रही है, चिंगची जा रही है, चिंगची इतने की लैमोसीन है, टैक्सी इतने की। नहीं गया गेना गेना तेनों चौथी गेंद। चलो सब स्टॉप करना है, स्टॉप करना है, यार गल सुन, तू तो शाह कहीं विकटा छड़ के खेड़, छड़ के खेड़ा विकटा हूँ छड़िया ने ना, छड़ाइया ने विकटा होना, ठीक है। रोंद नहीं मारने तू, रोंद मारने तू इस तरह, ठीक है भाई। तेन क्या स्टॉप करना है, तू कहीं स्टॉप करना है सलमान, स्टॉप करना सीख, मेरी गल सुन। जदों कोई बैट्समैन गल सुन, जदों किसी बैटिंग सिखाने के लैके जाइए ना, वो पहले दिन की करता है, वो पहले दिन यह करता है कि वो शाटा मारने की कोशिश करता है, ठीक है, वहां की कोशिश करता है कि बड़े छक्के मारना। उन्होंने जो होंगे ना अच्छे कोच, उन्होंने फेल कर देंगे, उन्होंने कहते हैं दोबारा बैटिंग सीख जाके। क्यों, बैटिंग का सब तो पहले असूल है कि स्टॉप करना सीखो। एक गल सुन, छोटा बच्चा होंगे वो पहला की करता है, वो रिड़द है, फिर वो उस बाद जो आस्ता आस्ता चलना सीखता है, फिर दौड़ना सीखता है बाद, यानी तुम आस्ता आस्ता चलना आ जाए, दौड़ना अपने आप आ जाता है। की समझ लगी गल, तू पहला स्टॉप करना सीखो, स्टॉप करो, सुन स्टॉप करना आ गया ना तो छक्के आप ही मारन लग पोगे, ठीक है। ऐ बैटिंग का बुनियादी असूल आई है, ठीक है। मैं एक ही रूल से खेडन दा, की रूल होकर अगर लंबी छाला मारनी है ना, मतलब बॉल, चलो चलो शाबाश, चलो आप ही लेके आएगा, आप ही लेके आएगा, ठीक है। बालां 6 हो गई हैं, 6 बालां हो गई हैं, एक मिनट एक मिनट यार गल सुनो, आउट हो गया, नहीं आउट नहीं, आउट है नहीं, 6-6 8 बालों 4 बालों बाकी नहीं होती, ठीक है। असं 12 बाल दो ओवर रखे हैं। अच्छा गल सुनो एक मिनट, क्रिकेट तो खेलना, अमरूद चेक कर ली जरा, चलो ठीक है, मैं जरा वेखा अमरूद को पक्के आया, मैं ला दें, हाँ जी बॉल इधर आ गई, कितने गई भाई, लास्ट बॉल, बहुत सेल्फी बना, कोई कोई भी नजर नहीं आ रहा है यार, ये तो कोई भी नजर नहीं आ रहा है, कम
ਸੈਲਫੀ ਐਸਾ ਨਹੀਂ ਬਣਨੀ, ਮੇਰੀ ਗੱਲ ਸੁਣੋ, ਜਾਬਰ ਤੇ ਇਬਰਾਹਿਮ ਉੱਠ ਕੇ ਖਲੋਣ, ਠੀਕ ਹੈ? ਇਬਰਾਹਿਮ ਕੋ ਉਠੋ, ਇੱਕ ਮਿੰਟ ਠਹਿਰੋ, ਮੈਂ ਕਰਨਾ ਠਹਿਰੋ, ਇੱਕ ਸਬਸਕ੍ਰਾਈਬ ਨਾਓ ਫਾਰ ਮੋਰ ਵੀਡੀਓਜ਼।